ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਹਾਲ ਹੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਿਹੜਾ ਹੋ ਕੇ ਹਟਿਆ ਹੈ, ਇਸ ਇਜਲਾਸ ਦੀ ਸਭ ਤੋਂ ਖਾਸ ਗੱਲ ਜਿਹੜੀ ਰਹੀ ਕਿ ਇਸ ਵਾਰ ਕਾਰਵਾਈ ਵਿਧਾਨ ਸਭਾ ਦੀ ਜਿਹੜੀ ਹੈ ਉਹ ਲਾਈਵ ਹੋਈ ਹੈ। ਯਾਨੀ ਕਿ ਆਮ ਲੋਕ ਜਿਹੜੇ ਅਕਸਰ ਨਹੀਂ ਜਾਣ ਪਾਉਂਦੇ ਕਿ ਅੰਦਰ ਉਸ ਸਦਨ ਦੇ ਉਹਨਾਂ ਦੇ ਵੱਲੋਂ ਚੁਣ ਕੇ ਭੇਜੇ ਹੋਏ ਨੁਮਾਇੰਦੇ ਜਿਹੜੇ ਆ ਉਹ ਕੀ ਕਰਦੇ ਨੇ, ਉਹ ਲੋਕਾਂ ਨੂੰ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਹੀ ਮਿਲਦਾ ਹੈ, ਪਰ ਇਸ ਵਾਰ ਜਿਹੜਾ ਹੈ ਉਹ ਸਾਫ ਸਾਫ ਟੀਵੀ ਦੇ ਉੱਪਰ ਉਹ ਨਜ਼ਾਰਾ ਜਿਹੜਾ ਉਹ ਲੋਕਾਂ ਨੇ ਦੇਖਿਆ ਕਿ ਆਖਿਰਕਾਰ ਕੀ ਹੁੰਦਾ ਹੈ ਅੰਦਰ, ਕਿਹੜੇ ਮੁੱਦਿਆਂ 'ਤੇ ਚਰਚਾ ਹੁੰਦੀ ਹੈ ਇਸ ਵਾਰ। ਖੈਰ, ਬਾਕੀ ਮੁੱਦਿਆਂ ਦੇ ਨਾਲੋਂ ਸਿਰਫ ਇੱਕ ਮੁੱਦਾ ਸੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਉਹਦੇ ਉੱਪਰ ਬਹਿਸ ਹੋਣੀ ਸੀ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕੀ ਨਿਕਲੇਗਾ, ਕੀ ਜਿਹੜਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਲਈ ਕੋਈ ਮਤਾ ਪਾਸ ਹੋਵੇਗਾ, ਅਕਾਲੀ ਦਲ ਦੇ ਖਿਲਾਫ ਜਿਹੜਾ ਕੋਈ ਮਤਾ ਪਾਸ ਹੋਵੇਗਾ। ਸੋ ਖੈਰ, ਇਹ ਸਭ ਜੋ ਉਮੀਦਾਂ ਸੀਆਂ ਲੋਕਾਂ ਦੀਆਂ ਉਹਦੇ ਉੱਪਰ ਕੀ ਇਹ ਵਿਧਾਨ ਸਭਾ ਦਾ ਸੈਸ਼ਨ ਖਰਾ ਉਤਰਿਆ, ਪੰਜਾਬ ਦੇ ਲੋਕ ਕੀ ਸੋਚਦੇ ਨੇ ਕਿ ਇਹਦੇ ਵਿੱਚੋਂ ਕੁਛ ਨਿਕਲਿਆ ਜਾਂ ਨਹੀਂ, ਇਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ, ਵਿਧਾਨ ਸਭਾ ਦੀ ਕਾਰਵਾਈ ਲਾਈਵ ਹੋਈ ਸੀ, ਦੇਖੀ ਤੁਸੀਂ? ਜੀ। ਤੇ ਕੀ ਕਿੱਦਾਂ ਦਾ ਲੱਗਾ? ਇੱਕ ਵਾਰ ਤਾਂ ਪਹਿਲੀ ਵਾਰ ਤੁਸੀਂ ਜਿਹੜੀ ਆ ਉਹ ਕਾਰਵਾਈ ਲਾਈਵ ਦੇਖੀ। ਜੀ ਹਾਂ, ਦੇਖੀ ਸੀ ਅਤੇ ਸਾਨੂੰ ਇੱਦਾਂ ਲੱਗਿਆ ਜੀ ਵੀ ਕੋਈ ਫਰਕ ਨਹੀਂ ਕਾਲੀਆਂ ਭੇਡਾਂ ਅਤੇ ਚਿੱਟੀਆਂ ਭੇਡਾਂ 'ਚ, ਠੀਕ ਹੈ ਜੀ, ਕਿਉਂਕਿ ਇੱਕ ਉਹਨੇ ਕਦੇ ਉਹਦੇ ਲੈ ਜਾਂਦੀ ਕਦੇ ਉਹਦੇ ਲੈ ਜਾਂਦੀ ਆ ਜੀ। ਕਿਸਾਨੀ ਤੌਰ 'ਤੇ ਬਿਲਕੁਲ ਕਿਸਾਨ ਹੋ ਜਾ ਰਿਹਾ ਜੀ, ਕਿਸਾਨ ਨੂੰ ਥੱਲੇ ਲਾਈ ਜਾ ਰਹੇ ਨੇ। ਜਦੋਂ ਕਿਸਾਨ ਦਾ ਕੋਈ ਮੁੱਦਾ ਆ ਰਿਹਾ ਜੀ, ਇਹ ਕੋਈ ਨਾ ਕੋਈ ਹੋਰ ਮੁੱਦਾ ਖੜਾ ਕਰ ਦਿੰਦੇ ਨੇ, ਠੀਕ ਹੈ ਜੀ। ਇਸ ਮੁੱਦੇ ਦੇ ਉੱਤੇ ਪਹਿਲਾਂ ਬਾਦਲ ਨੇ ਕੀਤਾ ਸੀਗਾ ਜੀ, ਉਦੋਂ ਕਿਸਾਨਾਂ ਦਾ ਕੋਈ ਹੱਕ ਸੀ, ਉਸ ਟਾਈਮ ਉਹਨਾਂ ਨੇ ਕਣਕ ਗੋਲੀ ਚਲਾਈ ਜੀ ਕੋਟਕਪੂਰੇ, ਠੀਕ ਹੈ ਜੀ। ਹੁਣ ਕਾਂਗਰਸ ਸਰਕਾਰ ਕਰ ਰਹੀ ਹੈ ਜੀ, ਇਸੇ ਮੁੱਦੇ ਨੂੰ ਕੁਛ ਨਹੀਂ ਹੈਗਾ ਜੀ, ਸਿਰਫ ਗੇੜਾ ਦੇ ਕੇ ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹ ਦੂਜੇ ਪਾਸੇ ਲਾ ਦਿੰਦੇ ਨੇ। ਸਾਰੇ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਅਤੇ ਮੈਂ ਵੀ ਇੱਕ ਵਾਰ ਯਾਦ ਕਰਵਾਉਣਾ ਚਾਹਾਂਗੀ ਕਿ ਕਿਸਾਨਾਂ ਦੀ ਮੰਗਾਂ ਦੀ ਗੱਲ ਇਹਨਾਂ ਨੇ ਕੀਤੀ ਹੈ ਅਤੇ ਉਸ ਸਮੇਂ ਕਿਸਾਨਾਂ ਦੀਆਂ ਜਿਹੜਾ ਪ੍ਰਦਰਸ਼ਨ ਆ ਉਹ ਜ਼ੋਰਾਂ ਸ਼ੋਰਾਂ 'ਤੇ ਸੀਗਾ। ਰੇਲਾਂ ਤੱਕ ਰੋਕ ਦਿੱਤੀਆਂ ਸੀ ਕਿਸਾਨਾਂ ਨੇ, ਰੋਜ਼ ਦਾ ਰੇਲ ਨੂੰ ਨੁਕਸਾਨ ਹੋਣ ਲੱਗ ਗਿਆ ਸੀ ਅਤੇ ਉਸ ਵੇਲੇ ਜਿਹੜਾ ਹੈ ਉਹ ਇੱਕਦਮ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ। ਯਾਨੀ ਕਿ ਤੁਸੀਂ ਮੰਨਦੇ ਹੋ ਕਿਤੇ ਨਾ ਕਿਤੇ ਧਿਆਨ ਭਟਕਾਉਣ ਦੇ ਲਈ ਸਭ ਕੁਝ ਕੀਤਾ ਜਾਂਦਾ? ਹਾਂਜੀ ਹਾਂ, ਇਹ ਸਭ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉੱਥੇ ਜਿਹੜੀ ਮੋਦੀ ਸਰਕਾਰ ਬੈਠੀ ਹੈ ਜੀ, ਉਸ ਟਾਈਮ ਉਹਦੇ ਬਾਦਲ ਦਾ ਦਬਾਅ ਸੀ ਵੀ ਜੋ ਬਜਟ ਦੇ ਸਰਕਾਰ ਰੇਲ ਦਾ ਘਾਟਾ ਹੈ ਉਹ ਅਸੀਂ ਪੰਜਾਬ ਸਰਕਾਰ ਨੂੰ ਪਾਵਾਂਗੇ। ਪੰਜਾਬ ਸਰਕਾਰ ਨੇ ਇਹ ਮੁੱਦਾ ਇਹੀ ਸੀ ਵੀ ਜੇ ਕਿਸਾਨ ਇਕੱਠੇ ਹੋਏ ਹੈ ਕਿਉਂਕਿ ਇਹਦੀਆਂ ਮੰਗਾਂ ਨਾ ਪੂਰੀਆਂ ਹੋ ਜਾਣ, ਇਹ ਮੰਗਾਂ ਨੂੰ ਅਸੀਂ ਵੀ ਰਫੂ ਦਫੂ ਕਰਨਾ, ਇੱਕ ਵਾਰੀ ਇਹ ਕੰਢ ਗੋਲੀ ਚਲਵਾ ਕੇ ਸਾਡੇ ਪੰਥ ਜਿਹੜੇ ਭਾਈ ਪੰਥਪ੍ਰੀਤ ਸਿੰਘ ਜੀ, ਭਾਈ ਟੱਡਰੀਆਂ ਵਾਲੇ, ਉਹਨਾਂ ਦੀ ਕਟਾਈ ਵੀ ਬਹੁਤ ਜ਼ਿਆਦਾ ਹੋਈ, ਬੇਰਹਿਮੀ ਨਾਲ ਹੋਈ ਹੈ ਜੀ। ਟੱਡਰੀਆਂ ਵਾਲੇ ਦਾ ਮੁੱਦਾ ਵੀ ਜਿਹੜਾ ਉੱਥੇ ਗੂੰਜਿਆ ਹੈ ਵਿਧਾਨ ਸਭਾ ਦੇ ਵਿੱਚ। ਹਾਂਜੀ, ਨਹੀਂ ਉਹ ਮੁੱਦਾ ਨਹੀਂ ਮੈਂ ਸੁਣਿਆ ਹੈਗਾ, ਮੈਂ ਥੋੜ੍ਹਾ ਜਿਹਾ ਇਹ ਸੁਣਿਆ ਸੀਗਾ ਵੀ ਜੋ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ। ਕੀ ਲੱਗਦਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਹਿਲਾਂ ਪੇਸ਼ ਹੋਈ, ਬਾਅਦ 'ਚੋਂ 8 ਘੰਟੇ ਬਹਿਸ ਹੋਈ ਆ, ਕੀ ਲੱਗਦਾ ਕਿ ਕੁਝ ਸਿੱਟਾ ਨਿਕਲਿਆ? ਨਹੀਂ ਜੀ, ਇਹ 'ਚ ਨਾ ਨਿਕਲਦਾ ਜੀ ਨਾ ਹੀ ਨਿਕਲਿਆ ਕੁਛ। ਹਾਂਜੀ ਹਾਂ, ਕਿਉਂਕਿ ਇਹ ਜਿਹੜਾ ਕੇਸ ਹੈ ਇਹ ਆਪ ਪੰਜਾਬ ਪੁਲਿਸ ਦੇ ਅੰਦਰ ਹੋਵੇ ਤਾਂ ਇਹ ਨਿਕਲ ਸਕਦਾ ਹੈ, ਇਹ ਜਿਹੜਾ ਵਿਜੀਲੈਂਸ ਸੀ ਬੀ ਆਈ ਨੇ ਦਿੱਤਾ ਹੈ ਇਹ 'ਚ ਕੁਛ ਨਹੀਂ ਕੱਢਣਾ ਪਾਉਣਾ। ਮੈਂ ਦੱਸਣਾ ਚਾਹਾਂਗੀ ਕਿ ਜਾਂਚ ਜਿਹੜੀ ਹੈ ਸੀ ਬੀ ਆਈ ਦੇ ਕੋਲੋਂ ਇਹ ਵਾਪਸ ਲੈ ਲਈ ਗਈ ਹੈ, ਇਹਨਾਂ ਨੇ ਵਾਪਸ ਲੈ ਲਈ ਹੈ ਅਤੇ ਹੁਣ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੀ ਜਾਂਚ ਕਰੇਗੀ। ਪਰ ਉਸ 8 ਘੰਟਿਆਂ ਦੀ ਬਹਿਸ ਦੇ ਦੌਰਾਨ ਜਿਹੜਾ ਇੱਕ ਦੂਜੇ ਦੇ ਉੱਪਰ ਵਾਰ ਕੀਤੇ ਗਏ ਆ, ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕੀਤੀਆਂ ਗਈਆਂ ਨੇ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਕੋਲੋਂ ਉਮੀਦ ਸੀਗੀ ਕਿ ਕੁਝ ਬੋਲਣਗੇ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੇ ਲਈ ਕੋਈ ਕਾਰਵਾਈ ਕਰੀ ਜਾਵੇਗੀ, ਉਹਨਾਂ ਨੇ ਵੀ ਸਾਬਕਾ ਸਰਕਾਰ ਦੇ ਉੱਪਰ ਦੋਸ਼ ਲਗਾ ਕੇ ਜਿਹੜਾ ਕੰਮ ਸਾਰ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਪੰਜਾਬ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਲਾਈਵ ਹੋਈ, ਤੁਸੀਂ ਦੇਖੀ ਟੀਵੀ ਤੇ? ਥੋੜੀ ਬਹੁਤੀ ਦੇਖੀ ਸੀ। ਕੀ ਲੱਗਾ, ਕੀ ਨਿਕਲਿਆ ਇਹਦੇ ਵਿੱਚ? ਉਹ ਦੇਖਣ ਤੇ ਲੱਗਣ 'ਚ ਤਾਂ ਕੋਈ ਨਵੀਂ ਚੀਜ਼ ਨਾ ਦੇਖਣ 'ਚ ਨਹੀਂ ਆਈ, ਕਿਉਂਕਿ 10 ਨੰਬਰ ਹੀ ਗੁੰਡੇ ਸਾਰੇ ਇਕੱਠੇ ਹੋਏ ਨੇ, ਚਾਹੇ ਕਿਸੇ ਵੀ ਪਾਰਟੀ ਦੇ ਨੇ। ਅਤੇ ਬੇਸਿਕ ਗੱਲ ਹੈ ਜਿਹੜਾ ਰਣਜੀਤ ਸਿੰਘ ਕਮਿਸ਼ਨ ਹੈ ਉਹ ਵਨ ਸਾਈਡਡ ਕਮਿਸ਼ਨ ਸੀ, ਠੀਕ ਹੈ, ਅਤੇ ਜਿਹੜੀ ਅੰਦਰ ਡਿਬੇਟ ਵੀ ਸੀ ਉਹ ਵਨ ਸਾਈਡਡ ਡਿਬੇਟ ਸੀ,
ਤੋ ਇਸ 'ਤੇ ਤਾਂ ਕੋਈ ਸੱਟਾ ਨਿਕਲਣਾ ਪੋਸੀਬਲ ਹੈ ਹੀ ਨਹੀਂ ਸੀ। ਬਾਕੀ ਰਿਹਾ ਵੀ ਜਿਹੜਾ ਰਣਜੀਤ ਸਿੰਘ ਕਮਿਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਕੀ ਕਿਆ ਕਹਿੰਦੇ ਇਨਵੈਸਟੀਗੇਸ਼ਨ ਕਰੇਗਾ ਜਦ ਉਹ ਆਪ ਹੀ ਦਾੜੀਆਂ ਮੁੰਡੀਆਂ ਅਤੇ ਹੋਰ ਸਾਰੇ ਕੁਝ ਕੀਤੇ ਹੋਏ ਨੇ। ਪਹਿਲਾਂ ਤਾਂ ਉਹ ਆਪ ਨਹੀਂ ਗੁਰਪੂਰਨ ਸਿੱਖ, ਅਤੇ ਉਹਨਾਂ ਨੇ ਕੀ ਇਸ਼ੂ ਸਿੱਖਾਂ ਦੇ ਲਿਆ ਕੇ ਸਹੀ ਰਿਪੋਰਟ ਤਿਆਰ ਕਰਨੀ, ਉਹ ਤਾਂ ਇੱਕ ਕਿਆ ਕਹਿੰਦੇ ਵਿਧਾਨ ਸਭਾ ਤੋਂ ਪਹਿਲਾਂ ਹੀ ਸਾਰਾ ਲੀਕ ਆਊਟ ਹੋ ਗਿਆ ਹੋਇਆ, ਕਿੱਦਾਂ ਪ੍ਰੀ ਪਲੈਨਡ ਰਿਪੋਰਟਾਂ ਤਿਆਰ ਕੀਤੀਆਂ ਜਾਂ ਕਿੱਦਾਂ ਫਾਈਲ 'ਤੇ ਸਾਈਨ ਕਰਵਾ ਕੇ ਪ੍ਰਜੈਂਟ ਕੀਤਾ ਗਿਆ, ਜਿੱਦਾਂ ਕਿ ਬੜਾ ਡਿਗਰੀ ਕਿਸੇ ਨੂੰ ਪੇਸ਼ ਕਰਨੀ ਹੁੰਦੀ, ਉੱਦਾਂ ਜਾ ਕੇ ਅਗਲਾ ਰਣਜੀਤ ਸਿੰਘ ਕਮਿਸ਼ਨ ਨੂੰ ਡਿਗਰੀ ਦੀ ਤਰ੍ਹਾਂ ਉਹ ਫਾਈਲ ਦੇ ਰਿਹਾ ਅਤੇ ਉਹ ਕਰ ਰਿਹਾ, ਉਹ ਤਾਂ ਇਟ ਵਾਜ਼ ਆਈ ਵਾਸ਼ ਨਾਟ ਏ, ਮਤਲਬ ਕਿ ਜਿਸ ਨੂੰ ਕਹੋ ਕਿ ਸਿਆਸੀ ਜਿਹੜੀ ਹੈ ਉਹ ਪਬਲਿਕ ਨਾਲ ਖੇਡ ਰਹੀ ਹੈ, ਨਾ ਕਿ ਪਬਲਿਕ ਸਿਆਸਤ ਨੂੰ ਸਮਝ ਰਹੀ ਹੈ। ਅਤੇ ਇਸ ਕਰਕੇ ਇਹ ਜਿਹੜਾ ਕਮਿਸ਼ਨ ਹੈ, ਕਮਿਸ਼ਨ ਬਿਠਾਉਣ ਦੀ ਲੋੜ ਕਿਉਂ ਪੈਂਦੀ ਹੈ ਕਦੀ, ਕਿਉਂਕਿ ਜਿਹੜੀ ਵੀ ਅਸੀਂ ਹਿੰਦੁਸਤਾਨ 'ਚ ਪ੍ਰੋਬਲਮ ਕੋਈ ਵੀ ਹੈ, ਚਾਹੇ ਵੀ ਕਿਸੇ ਵੀ ਇਸ਼ੂ 'ਤੇ, ਇਹਨਾਂ ਭਾਈ ਸਾਹਿਬ ਨੇ ਕਿਸਾਨਾਂ ਹੀ ਉਤਾਰੀ। ਹੁਣ ਕੈਪਟਨ ਸਾਹਿਬ ਨੇ 10 ਕਰੋੜ ਚੱਕ ਕੇ ਆਸਾਮ ਨੂੰ ਤਾਂ ਦੇਤਾ, ਉਹਨੂੰ ਪੁੱਛੇ ਵੀ ਪਹਿਲਾਂ ਤੂੰ ਲੋਕਾਂ ਨੂੰ ਵੰਡਦਾ ਫਿਰਦਾ, ਪਹਿਲਾਂ ਆਪਣਾ ਘਰ ਤਾਂ ਸੰਭਾਲ ਲੈ, ਆਪਣੇ ਕਿਸਾਨਾਂ ਦੀ ਤਾਂ ਜਾਨਾਂ ਬਚਾ ਲੈ, ਉਹ ਤਾਂ ਜਾਨਾਂ ਹਰ ਰੋਜ਼ ਦੇ ਰਹੇ ਨੇ, ਅਤੇ ਤੇਰੇ 10 ਕਰੋੜ ਨਾਲ ਉਹਨਾਂ ਦਾ ਕੀ ਹੈ? ਉਹ ਤਾਂ ਗੌਰਮੈਂਟ ਆਫ ਇੰਡੀਆ ਨੇ 500 ਕਰੋੜ ਦੇ ਹੀ ਦਿੱਤਾ, ਹੋਰ ਵੀ ਸਟੇਟਾਂ ਦੇ ਰਹੀਆਂ, ਉਹਨਾਂ ਦਾ ਹੱਲ ਉਹ ਟੈਂਪਰੇਰੀ ਫੇਸ ਆਇਆ ਸੀ, ਆ ਕੇ ਚਲੇ ਜਾਣਾ। ਕਿਸਾਨਾਂ ਦਾ ਮੁੱਦਾ ਤਾਂ ਪਿਛਲੇ 70 ਸਾਲ ਤੋਂ ਚੱਲਿਆ ਆ ਰਿਹਾ ਅਤੇ ਇਹ ਐਂਡਲੈਸ ਹੈਗਾ, ਅਤੇ ਇਹਦੇ ਬਾਰੇ ਤਾਂ ਨਾ ਕੋਈ ਪੋਲੀਟੀਸ਼ੀਅਨ ਸੋਚ ਰਿਹਾ, ਨਾ ਕੋਈ ਬਿਊਰੋਕਰੇਟ ਸੋਚ ਰਿਹਾ, ਨਾ ਪੋਲੀਟੀਸ਼ੀਅਨ ਹੀ ਆ ਗਿਆ ਨਾ ਵਿਧਾਨ ਸਭਾ 'ਚ, ਠੀਕ ਹੈ ਨਾ, ਚਾਹੇ ਕਿਸੇ ਵੀ ਪਾਰਟੀ ਦੇ ਨੇ। ਤੋ ਇਸ ਕਰਕੇ ਇਹ ਇੱਕ ਪੜ੍ਹੇ ਲਿਖੇ ਬੰਦੇ ਅਤੇ ਇਹਨੂੰ ਬੇਵਕੂਫ ਬਣਾਈ ਜਾ ਰਹੇ, ਠੀਕ ਹੈ ਵੀ ਸਾਡੇ ਲੋਕਾਂ 'ਚ ਰੈਵੋਲਿਊਸ਼ਨਰੀ ਮੂਵਮੈਂਟ ਹੈ ਨਹੀਂ, ਜਿੱਦਾਂ ਕਿ ਬਾਹਰਲੇ ਕੰਟਰੀਆਂ 'ਚ ਦੱਸੀ ਦੇਖੀਦਾ ਵੀ ਕੋਈ ਇੱਦਾਂ ਦਾ ਇਸ਼ੂ ਹੋਏ ਸਾਰਾ ਪਬਲਿਕ ਸੜਕਾਂ 'ਤੇ ਆ ਜਾਂਦੀ, ਵਿਧਾਨ ਸਭਾ ਘੇਰ ਲੈਂਦੀਆਂ, ਆਫਿਸ ਘੇਰ ਲੈਂਦੀਆਂ, ਗੌਰਮੈਂਟ ਨੂੰ ਸਟੈਪ ਡਾਊਨ ਕਰਨਾ ਪੈਂਦਾ। ਇੱਦਾਂ ਦਾ ਮੂਵਮੈਂਟ ਹੈ ਨਹੀਂ, ਕਿਉਂਕਿ ਜੇ ਹੈ ਤਾਂ ਉਹ ਫਿਰਕਾ ਪ੍ਰਸਤੀ ਵਿੱਚ ਵੰਡਿਆ ਹੋਇਆ ਇਹਨਾਂ ਨੇ। ਜੇ ਇਹੀ ਕਿਆ ਕਹਿੰਦੇ ਕੋਈ ਸਰਦਾਰ ਕਰੂਗਾ ਤਾਂ ਉਹਨੂੰ ਟੈਰਿਸਟ ਬਣਾ ਦੇਣਗੇ ਜਾਂ ਗੈਂਗਸਟਰ ਬਣਾ ਦੇਣਗੇ, ਜੇ ਕੋਈ ਮਜੋਰਟੀ ਕਮਿਊਨਿਟੀ ਦਾ ਕਰੇਗਾ ਉਹਨੂੰ ਦੇਸ਼ ਭਗਤ ਕਹਿ ਦੇਣਗੇ। ਜਿੱਦਾਂ ਕਿ ਬੰਬੇ ਵਿੱਚ, ਮਹਾਰਾਸ਼ਟਰ 'ਚ ਦੇਖ ਲਓ, ਬਾਲ ਠਾਕਰੇ ਅਤੇ ਹੋਰ ਕੀ ਕਰਦੇ ਨੇ, ਉਹ ਤਾਂ ਦੇਸ਼ ਭਗਤ ਨੇ, ਉਹ ਤਾਂ ਜਾਂ ਪੁਣੇ ਜਾਂ ਬੰਬੇ ਤੋਂ ਗਾਹ, ਮੈਂ ਤਾਂ ਨਹੀਂ ਸੁਣ ਦੇਖਿਆ ਵੀ ਅੱਜ ਤਾਈਂ ਕਦੀ ਆ ਗਏ, ਉਹ ਦਿੱਲੀ ਵੀ ਕਦੀ ਉਹਨੇ ਆ ਕੇ ਕੋਈ ਰੈਲੀ ਕੀਤੀ ਹੋਏ ਜਾਂ ਕੋਈ। ਤੋ ਇਸ ਕਰਕੇ ਸ਼ੁਕਰੀਆ ਸਰ, ਬਿਲਕੁਲ ਜੀ, ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਪੰਜਾਬ ਵਿਧਾਨ ਸਭਾ ਦੀ ਹੋਵੇ ਜਾਂ ਫਿਰ ਪਾਰਲੀਮੈਂਟ ਦੀ ਕੋਈ ਵੀ ਕਾਰਵਾਈ ਹੋਵੇ, ਇਹਦੇ ਵਿੱਚ ਜਿਹੜਾ ਹੈ ਉਹ ਸਿਰਫ ਸਿਆਸਤ ਕੀਤੀ ਜਾਂਦੀ ਹੈ, ਕੋਈ ਵੀ ਮੁੱਦੇ ਦਾ ਜਿਹੜਾ ਉਹ ਹੱਲ ਜਿਹੜਾ ਕੱਢਣ ਦੀ ਕੋਸ਼ਿਸ਼ ਕਦੇ ਵੀ ਜਿਹੜੀ ਹੈ ਉਹ ਨਹੀਂ ਕੀਤੀ ਗਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਸੁਖਵੀਰ ਸਿੰਘ ਜੀ। ਸੁਖਵਿੰਦਰ ਜੀ, ਲਾਈਵ ਦੇਖੀ ਸੀ ਵਿਧਾਨ ਸਭਾ ਦੀ ਕਾਰਵਾਈ? ਹਾਂਜੀ, ਕੁਛ ਕੁ ਦੇਖੀ ਸੀ। ਜਿੰਨਾ ਕੁ ਦੇਖਿਆ ਉਹਨੇ ਦੇ ਵਿੱਚੋਂ ਕੀ ਅੰਦਾਜ਼ਾ ਲਗਾਇਆ ਕਿ ਕੀ ਹੋ ਰਿਹਾ ਹੈ ਅੰਦਰ? ਸਭ ਤੋਂ ਪਹਿਲਾਂ ਜੀ ਮੈਂ ਬੜਾ ਖੁਸ਼ ਵੀ ਹੈ, ਇਸ ਵਾਰੀ ਲਾਈਵ ਹੋਊਗਾ, ਟਾਈਮ ਕੱਢ ਕੇ ਟੀ ਵੀ ਅੱਗੇ ਬੈਠੇ, ਪਰ ਜਿਵੇਂ ਕਹਿੰਦੇ ਨਿਕਲਿਆ ਕੁਛ ਨਹੀਂ ਹੈਗਾ ਉਹਦੇ 'ਚੋਂ, ਬਿਲਕੁਲ ਵੀ ਫੋਕਾ, ਬਸ ਇੱਕ ਡਰਾਮਾ ਜਿਹਾ ਹੋ ਗਿਆ, ਨਾਲੇ ਅਸੀਂ ਟਾਈਮ ਖਰਾਬ ਕਰ ਲਿਆ, ਨਾਲੇ ਬਣਿਆ ਕੁਛ ਨਹੀਂ। ਪਹਿਲਾਂ ਤਾਂ ਅਖਬਾਰ ਪੜ੍ਹਦੇ ਹੁੰਦੇ ਸੀ 10 ਮਿੰਟ, ਹੁਣ 2-3 ਘੰਟੇ ਦੇਖਿਆ ਸਿੱਧੂ ਝੋਲੀਆਂ ਕਰੀ ਜਾਂਦਾ ਲੈਣ ਨੂੰ, ਝੋਲੀ 'ਚ ਪੈਣਾ ਕੀ ਹੈ, ਪਾਉਣਾ ਕਿਹਨੇ ਆ, ਕੁਛ ਨਹੀਂ ਹੈਗਾ ਜੀ ਉਹਦੇ 'ਚ। ਇਹ ਤਾਂ ਸਾਨੂੰ ਬੇਵਕੂਫ ਬਣਾਉਣਾ ਇਹਨਾਂ ਨੇ ਧਰਮ ਦੇ ਨਾਂ 'ਤੇ, ਇੱਕੋ ਅਕਾਲੀ ਨੇ ਇੱਕੋ ਕਾਂਗਰਸੀ ਨੇ, ਬੇਅਦਬੀ ਕਿਹਨੇ ਕਰਾਈ ਹੈ ਇਹਨਾਂ ਨੂੰ? ਉਸੇ ਟਾਈਮ ਪਤਾ ਸੀ ਕਮਿਸ਼ਨ ਬਿਠਾਉਣ ਦੀ ਕੀ ਲੋੜ ਪੈਂਦੀ ਹੈ, ਠੀਕ ਹੈ। ਇਹ ਤਾਂ ਇੱਕ ਲੋਕਾਂ ਨੂੰ ਗੁੰਮਰਾਹ ਕਰਨਾ, ਲੋਕਾਂ ਦੇ ਮੁੱਦੇ ਹੁੰਦੇ ਨੇ ਅਸਲੀ, ਉਹਨਾਂ ਤੋਂ ਭਟਕਾ ਕੇ ਆਪਣੇ ਵਾਲਾ ਲੈ ਆਉਂਦੇ ਨੇ। 1.5 ਦਿਨ 'ਚ ਤਾਂ ਮੈਂ ਸੋਚਦਾ ਵੀ ਇੱਕ ਪਿੰਡ ਦੀ ਪੰਚਾਇਤ ਦੀ 1 ਦਿਨ ਦਾ ਇਜਲਾਸ ਹੋਵੇ, ਉੱਥੇ 1 ਪਿੰਡ ਦੇ ਮਸਲੇ ਨਹੀਂ ਹੱਲ ਹੁੰਦੇ, ਪੰਜਾਬ ਦੇ ਕਿੱਥੋਂ ਹੋ ਜਾਣਗੇ? ਘੱਟੋ ਘੱਟ 15 ਦਿਨ ਚਾਹੀਦੇ ਨੇ। ਦੇਖੋ ਜੀ, 117 ਹਲਕੇ ਨੇ, ਗੱਲ ਕਰ ਲੈਣਗੇ 117 ਬੰਦੇ, ਆਪਾਂ ਨੂੰ 10-15 ਮਿੰਟ ਹੋ ਗਏ, 3 ਬੰਦੇ ਦੀ ਗੱਲ ਸੰਪੂਰਨ ਨਹੀਂ ਹੋਈ।
ਇਸ ਕਰਕੇ ਇਹਦਾ ਮਜ਼ਾਕ ਬਣਾ ਰੱਖਿਆ ਲੋਕਾਂ ਨੇ। ਕਿਤੇ ਨਾ ਕਿਤੇ ਮੰਨਦੇ ਹੋ ਕਿ ਜਿਹੜਾ ਇਹ ਡੇਢ ਦਿਨ ਦਾ ਸੈਸ਼ਨ ਹੈ ਕੋਝਾ ਮਜ਼ਾਕ ਹੈ? ਕੋਝਾ ਮਜ਼ਾਕ ਹੈ ਬਿਲਕੁਲ ਜੀ। ਇਹ ਘੱਟੋ ਘੱਟ 15 ਦਿਨ ਦਾ ਸਮਾਂ ਹੋਣਾ ਚਾਹੀਦਾ ਹੈ, ਸਾਨੂੰ ਸੰਤੁਸ਼ਟੀ ਤਾਂ ਹੋਵੇ, ਸਾਨੂੰ ਕੋਈ ਸੰਤੁਸ਼ਟੀ ਨਹੀਂ, ਬੋਲਣ ਦਾ ਸਮਾਂ ਹੋਵੇ। ਅਸੀਂ ਉੱਥੇ ਦੇਖਿਆ ਕਿ ਕਿਤੇ ਲੋਕ ਇਨਸਾਫ ਪਾਰਟੀ ਨੂੰ 2 ਮਿੰਟ ਦਾ ਸਮਾਂ ਦਿੱਤਾ ਗਿਆ, ਬੀਜੇਪੀ ਨੂੰ 3 ਮਿੰਟ ਦਾ ਸਮਾਂ ਦਿੱਤਾ ਗਿਆ, ਕਾਂਗਰਸ ਨੇ ਸਭ ਤੋਂ ਵੱਧ ਸਮਾਂ ਲਿੱਤਾ। ਇਹੀ ਕਾਰਨ ਸੀ ਕਿ ਅਕਾਲੀ ਦਲ ਦਾ ਇਹ ਕਹਿਣਾ ਸੀ ਕਿ ਵਾਕਆਊਟ ਅਸੀਂ ਕਰ ਰਹੇ ਹਾਂ ਕਿਉਂਕਿ ਸਮਾਂ ਨਹੀਂ ਬੋਲਣ ਦਾ। ਸਮਾਂ ਨਹੀਂ, ਹਾਂਜੀ ਹਾਂਜੀ, ਮੈਂ ਸੁਣ ਰਿਹਾ ਸੀ ਪਰਮਿੰਦਰ ਢੀਂਡ ਸਾਹਿਬ ਪਿੱਛੇ ਬੋਲ ਰਹੇ ਸੀ, ਸੁਣਨ ਦਾ ਤਾਂ ਬੋਲਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ। ਅਗਲਾ ਬੋਲੂਗਾ ਕਿ 14-15 ਮਿੰਟ, ਮੁੱਖ ਮੰਤਰੀ 15 ਮਿੰਟ ਬੋਲਦਾ, ਦੇਖੋ ਹੈਰਾਨਗੀ ਦੀ ਗੱਲ ਹੈ, ਸਿਰਫ ਲਗਭਗ 14-15 ਮਿੰਟ ਦੇ ਵਿੱਚ ਬੋਲੇ ਨੇ ਮੁੱਖ ਮੰਤਰੀ, ਅਤੇ ਸਿੱਧੂ ਜੀ ਚੁਟਕਲੇ ਸੁਣਾਈ ਜਾਂਦੇ ਨੇ ਗੇ, ਉਹਨਾਂ ਦੇ ਸੁਣ ਲਓ ਜੀ 2-3 ਘੰਟੇ, ਕੋਈ ਦਮ ਵਾਲੀ ਗੱਲ ਨਹੀਂ। ਕੋਈ ਇਹ ਜੇ ਉਹ ਕ੍ਰਿਕਟਰ ਹੈ, ਇੱਕ ਬਸ ਕਮੈਂਟਰੀ ਕਰਦੇ ਹੁੰਦੇ ਸੀ, ਉਹੀ ਕਮੈਂਟਰੀ ਵਿਧਾਨ ਸਭਾ 'ਚ ਹੋਈ ਜਾਂਦੀ, ਗੱਲ ਕੁਛ ਨਹੀਂ ਹੈ ਇਹਨਾਂ 'ਚ ਕੱਢਣ ਪਾਉਣ ਨੂੰ, ਮੈਨੂੰ ਤਾਂ ਕੋਈ ਲੱਗਦਾ ਨਹੀਂ, ਇਹ ਤਾਂ ਪੰਜਾਬ ਦਾ ਤਾਂ ਰੱਬ ਹੀ ਰੱਖ ਹੈ ਜੀ। ਵਿਧਾਨ ਸਭਾ ਦੀ ਕਾਰਵਾਈ ਜਿਹੜੀ ਲਾਈਵ ਕੀਤੀ ਗਈ ਹੈ, ਆਮ ਲੋਕ ਜਿਨ੍ਹਾਂ ਨੂੰ ਅਕਸਰ ਕਦੇ ਮੌਕਾ ਨਹੀਂ ਮਿਲਦਾ ਅੰਦਰ ਦੀ ਕਾਰਵਾਈ ਦੇਖਣ ਦਾ, ਉਹਨਾਂ ਨੇ ਵੀ ਇਸ ਵਾਰ ਜਿਹੜੀ ਹੈ ਉਹ ਲਾਈਵ ਕਾਰਵਾਈ ਦੇਖੀ ਹੈ। ਪੰਜਾਬ ਦੇ ਲੋਕਾਂ ਨੂੰ ਕੀ ਲੱਗਦਾ ਕਿ ਉਸ ਕਾਰਵਾਈ ਦੇ ਅੰਦਰੋਂ, ਉਸ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰੋਂ ਕੀ ਨਿਕਲਿਆ ਹੈ, ਇਹਨਾਂ ਦੇ ਕੋਲੋਂ ਜਾਣ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਯੋਗਾ ਸਿੰਘ ਜੀ। ਯੋਗਾ ਸਿੰਘ ਜੀ, ਇਸ ਵਾਰ ਵਿਧਾਨ ਸਭਾ ਦੀ ਕਾਰਵਾਈ ਹੋਈ ਸੀ ਟੀਵੀ ਤੇ, ਲਾਈਵ ਤੁਸੀਂ ਦੇਖੀ? ਹਾਂਜੀ ਦੇਖੀ ਹੈ ਜੀ। ਕਿੰਨੇ ਘੰਟੇ ਤੁਸੀਂ ਟੀਵੀ ਦੇ ਸਾਹਮਣੇ ਬੈਠੇ ਰਹੇ? ਮੈਂ ਕੋਈ 1.5 ਘੰਟਾ ਬੈਠਾ ਰਿਹਾ ਜੀ। ਉਸ 1.5 ਘੰਟੇ ਦੇ ਵਿੱਚ ਕੀ ਨੋਟਿਸ ਕੀਤਾ, ਕੀ ਲੱਗਾ ਤੁਹਾਨੂੰ ਕਿ ਕੋਈ ਹੱਲ ਮੁੱਦਿਆਂ ਦਾ ਜਾਂ ਕੋਈ ਸਕਾਰਾਤਮਕ ਤਰੀਕੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ? ਕੋਈ ਹੱਲ ਨਹੀਂ ਹੋਣਾ ਜੀ ਇਹਨਾਂ ਮੁੱਦਿਆਂ ਦਾ, ਇਹ ਤਾਂ ਜਨਤਾ ਨੂੰ ਆਪ ਹੀ ਸਿਆਣੇ ਹੋਣਾ ਪਊਗਾ। ਇਹਨਾਂ ਨੇ ਕੋਈ ਹੱਲ ਨਹੀਂ ਗਾ ਕਰਨਾ, ਇਹ ਉਹ ਜਿਹੜੇ ਅਕਾਲੀ ਦਲ ਵਾਲੇ ਸੀਗੇ ਉਹ ਤਾਂ ਉੱਠ ਕੇ ਚੱਲ ਗਏ ਵਾਕਆਊਟ ਕਰਕੇ, ਉਹਨਾਂ ਬਾਹਰ ਜਾ ਕੇ ਧਰਨਾ ਲਾ ਲਿਆ, ਤਾਂ ਕੋਈ ਵੀ ਸੰਜੀਦਾ ਨਹੀਂ ਸੀਗਾ। ਜਿਹੜਾ ਬੰਦਾ ਗੱਲ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਹੋਈ, ਜਿਹੜਾ ਵੀ ਬੰਦਾ ਗੱਲ ਕਰ ਰਿਹਾ ਸੀ ਉਹਦੇ ਚਿਹਰੇ 'ਤੇ ਉਹ ਹਾਵ ਭਾਵ ਨਹੀਂ ਸੀ ਹੈਗੇ, ਅੰਦਰੋਂ ਦੁੱਖ ਵਾਲੀ ਗੱਲ ਕੋਈ ਨਹੀਂ ਸੀਗੀ, ਬਾਹਰੋਂ ਇਹ ਗੱਲਾਂ ਕਰ ਰਹੇ ਸੀਗੇ, ਉੱਥੇ ਹੱਸ ਰਹੇ ਸੀ, ਮੁੜ ਕੇ ਮੇਜ਼ ਥਪਥਪਾ ਰਹੇ ਸੀਗੇ, ਡਰਾਮਾ ਹੋ ਰਿਹਾ ਸੀਗਾ। ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਚੱਲ ਰਹੀ ਆ ਨਾ, ਦੁੱਖ ਭਰੀ ਗੱਲ ਚੱਲ ਰਹੀ ਸੀ, ਉਹਦੇ 'ਤੇ ਮੇਜ਼ ਥਪਥਪਾਉਣਾ, ਇਹੋ ਜਿਹੀਆਂ ਗੱਲਾਂ ਕਰਨੀਆਂ ਨਹੀਂ, ਕੁਛ ਨਹੀਂ ਕਰਨਾ ਇਹਨਾਂ, ਕਿਸੇ ਨੇ ਕੁਛ ਨਹੀਂ ਕਰਨਾ ਜੀ। ਰਹੀ ਸੀਗੀ ਸਭ ਦੀਆਂ ਨਜ਼ਰਾਂ ਸੀਗੀਆਂ ਕਿ 8 ਘੰਟੇ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਦੋਂ ਬੋਲਣਗੇ ਤਾਂ ਸ਼ਾਇਦ ਜਿਹੜਾ ਹੈ ਉਹ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਦੀ ਗੱਲ ਹੋਊਗੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਕਾਲੀਆਂ ਦੀ ਨਿੰਦਾ ਕਰਕੇ ਸਾਰ ਦਿੱਤਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਇੱਕ ਦੂਸਰੇ ਦੇ ਇਲਜ਼ਾਮਬਾਜ਼ੀ, ਇੱਕ ਦੂਸਰੇ ਦੇ ਦੂਸ਼ਣਬਾਜ਼ੀ ਲਾ ਰਹੇ ਸੀਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਦੇ ਮਨ 'ਚੋਂ ਨਾ ਸਤਿਕਾਰ ਨਹੀਂ ਸੀਗਾ, ਨਾ ਹੀ ਇਹ ਮਤਲਬ ਸੰਜੀਦਾ ਨੇ ਉਸ ਮੁੱਦੇ 'ਤੇ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ, ਜਿਨ੍ਹਾਂ ਦੇ ਭੇਜੇ ਇਹ ਇਸਤੇ ਸਾਹ ਲੈ ਰਹੇ ਹਾਂ, ਦੁਨੀਆ 'ਚ ਵਿਚਰ ਰਹੇ ਹਾਂ, ਇਹ ਤਾਂ ਸਾਰਾ ਕੁਛ ਭੁੱਲ ਬੈਠਿਆ ਜੀ। ਸੱਤਾ ਦੇ ਜਗ੍ਹਾ ਕੋਈ ਵੀ ਹੋਵੇ, ਧਰਮ ਦੇ ਨਾਮ 'ਤੇ ਵੀ ਸਿਆਸਤ ਕਰਨ ਤੋਂ ਪਿੱਛੇ ਨਹੀਂ ਹਟਣਾ। ਬਿਲਕੁਲ ਜੀ ਬਿਲਕੁਲ, ਧਰਮ ਦੇ ਨਾਂ 'ਤੇ ਵੀ ਹਰ ਬੰਨੇ ਸਿਆਸਤ ਹੋ ਰਹੀ ਹੈ ਜੀ। ਹਾਂ ਬਿਲਕੁਲ। ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਜੀ, ਬੜੇ ਸਹੀ ਤਰੀਕੇ ਨਾਲ ਸੋਚ ਸਮਝ ਕੇ ਆਪਣਾ ਵੋਟ ਦਿਆ ਕਰੋ, ਠੀਕ ਆ ਜੀ। ਜਿਹੜਾ ਬੰਦਾ ਕੋਈ ਮਤਲਬ ਕੰਮ ਕਰਨ ਵਾਲਾ, ਉਹਨੂੰ ਤੁਸੀਂ ਆਪ ਦੇਖਦੇ ਹੋ, ਆਪ ਜਾਣਦੇ ਹੋ ਜਿਹੜਾ ਸੱਚਾ ਸੁੱਚਾ ਵਾ, ਜਨਤਾ ਤੋਂ ਕੋਈ ਜੋਲੇ ਨਹੀਂ ਗਾ ਜੀ। ਅੱਜ ਤੋਂ ਹੋਰ 10 ਸਾਲ ਬਾਅਦ ਦੇਖ ਲਿਓ, ਇੰਨੀ ਪਿਕਅਪ ਸਾਡੇ ਬੱਚਿਆਂ ਦੇ ਵਿੱਚ ਵੀ ਆਜੂਗੀ, ਅਵੇਅਰਨੈਸ ਆਜੂਗੀ ਕਿ ਜਿਹੜਾ ਸਹੀ ਕੰਮ ਕਰੂਗਾ ਉਹਨੂੰ ਹੀ ਵੋਟ ਮਿਲੂਗੀ, ਨਹੀਂ ਤਾਂ ਨਹੀਂ ਕਿਸੇ ਨੂੰ, ਅਦਰਵਾਈਜ਼ ਵੋਟ ਪਾਉਣਾ ਹੀ ਚੰਗਾ ਨਹੀਂ ਸਮਝਿਆ ਜਾਊਗਾ ਕਿਸੇ ਨੂੰ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਸੁਖਨੰਦਨ ਸਿੰਘ ਜੀ। ਸੁਖਨੰਦਨ ਜੀ, ਇਸ ਵਾਰ ਵਿਧਾਨ ਸਭਾ ਦੀ ਕਾਰਵਾਈ ਪਹਿਲੀ ਵਾਰ ਲਾਈਵ ਹੋਈ ਹੈ, ਤੁਸੀਂ ਦੇਖੀ ਟੀਵੀ 'ਤੇ? ਦੇਖੀ ਜੀ। ਕਿੱਦਾਂ ਦਾ ਪਹਿਲਾਂ ਸੁਣ ਕੇ ਕਿੱਦਾਂ ਦਾ ਲੱਗਾ ਸੀ ਜਦੋਂ ਕਾਰਵਾਈ ਲਾਈਵ ਹੋਣ ਬਾਰੇ ਸੁਣਿਆ ਸੀ, ਕਿਉਂਕਿ ਅਕਸਰ ਅਖਬਾਰਾਂ ਦੇ ਵਿੱਚ ਪੜ੍ਹੀ ਜਾਂਦੀ ਸੀਗੀ ਪਹਿਲਾਂ ਕੀ ਹੋਇਆ, ਇਸ ਵਾਰ ਸੋਚਿਆ ਸੀਗਾ ਕਿ ਦੇਖਾਂਗੇ ਤਾਂ ਕੁਛ ਵਧੀਆ ਨਿਕਲੇਗਾ? ਹਾਂਜੀ ਬਿਲਕੁਲ ਜੀ ਬਿਲਕੁਲ। ਉਸ ਤੋਂ ਬਾਅਦ ਕੀ ਹੋਇਆ? ਦੇਖਿਆ ਬਾਅਦ 'ਚ ਕੀ ਹੋਇਆ ਜੀ, ਵੇਖੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਤਾਂ ਗੱਲ ਕਰ ਰਹੇ ਸੀਗੇ, ਹੈ ਨਾ, ਕਿੱਦਾਂ ਉਹਨਾਂ ਨੇ ਉੱਥੇ ਤਮਾਸ਼ਾ ਬਣਾਇਆ,
ਕੋਈ ਕਿਸੇ ਦਾ ਘਰ ਦਾ ਕੋਈ ਮੈਂਬਰ ਮਰ ਜਾਏ ਉਹਦੇ ਘਰ ਕੋਈ ਅਫਸੋਸ ਕਰਨ ਜਾਂਦਾ, ਬੰਦਾ ਉਸ ਟਾਈਮ 'ਤੇ ਉਹਦੇ ਨਾਲ ਜੇ ਹੱਸ ਹੱਸ ਕੇ ਗੱਲਾਂ ਕਰਕੇ ਅਫਸੋਸ ਕਰੂਗਾ, ਦੱਸੋ ਤਮਾਸ਼ਾ ਹੀ ਆ ਨਾ ਉਹ। ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਕਰਨ ਡੇ, ਕੀ ਉੱਥੇ ਚੁਟਕਲੇ ਸਿੱਧੂ ਕੀ ਕਰ ਰਿਹਾ ਸੀਗਾ, ਚੁਟਕਲੇ ਜੇ ਸੁਣਾਉਣ ਡਿਆ ਸੀ, ਹਾਂ ਕੀ ਝੋਟ ਝੋਲ ਜੜ ਕੇ ਕੀ ਕਰ ਰਿਹਾ ਸੀਗਾ। ਹਾਂਜੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਕੀ ਕਰਨ ਡੇ ਨੇ, ਪਹਿਲਾਂ ਇਹਨਾਂ ਨੇ ਬਲੂ ਸਟਾਰ ਕਰਾਇਆ, ਕਾਂਗਰਸੀ ਨੇ ਕਰਾਇਆ, ਹਾਂਜੀ 84 ਦਾ ਕਤਲੇਆਮ ਇਹਨਾਂ ਨੇ ਕਰਾਇਆ, ਹਾਂਜੀ ਉਹੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਮੁੱਦੇ ਕੀ ਕਰਨਗੇ, ਕੀ ਇਹਨਾਂ ਲੋਕਾਂ ਨੂੰ ਬੇਵਕੂਫ ਬਣਾਇਆ ਇਹਨਾਂ ਨੇ। ਬਲੂ ਸਟਾਰ ਦੀ ਗੱਲ ਕੀਤੀ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬੋਲਣਾ ਸ਼ੁਰੂ ਕੀਤਾ, ਸਿੱਧੇ ਸਿੱਧੇ ਤੌਰ 'ਤੇ ਉਹਨਾਂ ਨੇ ਬਲੂ ਸਟਾਰ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਅਤੇ ਇੰਨੀ ਗੱਲ ਕਰਕੇ ਹੀ ਉਹ ਜਿਹੜਾ ਸਮਾਪਤੀ ਕਰ ਗਏ। ਨਹੀਂ ਇਹ ਤਾਂ ਵੇਖੋ ਜੀ, ਇਹਨਾਂ ਦੀਆਂ ਆਪਣੀਆਂ ਗੱਲਾਂ ਹੀ ਨੇ ਨਾ, ਠੀਕ ਹੈ, ਸਾਰੀ ਜਨਤਾ ਨੂੰ ਪਤਾ ਬਲੂ ਸਟਾਰ ਕਿੰਨੇ ਕਰਾਇਆ, 84 ਦੇ ਦੰਗੇ ਕਿੰਨੇ ਕਰਾਏ ਆ, ਹਾਂਜੀ ਕਿੰਨਾ ਇਹਨਾਂ ਨੇ ਸਿੱਖੀ ਦਾ ਘਾਣ ਕੀਤਾ ਇਹਨਾਂ ਨੇ, ਆ 10-12 ਸਾਲ 15 ਸਾਲ ਜਿਹੜਾ ਵਾ ਕੀ ਪੰਜਾਬ 'ਚ ਹੁੰਦਾ ਰਿਹਾ, ਨੌਜਵਾਨਾਂ ਨੂੰ ਇਹਨਾਂ ਨੇ ਕਿੱਦਾਂ ਫੜ ਫੜ ਮਾਰਿਆ, ਜੇ ਉਹ ਭਾਵੇਂ ਪੰਜਾਬ ਪੁਲਿਸ 'ਚ ਸੀਗੇ ਭਾਵੇਂ ਆਪਣੇ ਖਾੜਕੂ ਲਹਿਰ 'ਚ ਸੀਗੇ, ਹੈਗੇ ਤਾਂ ਸਿੱਖ ਹੀ ਸੀਗੇ ਨਾ, ਇੱਕ ਦੂਜੇ ਨੂੰ ਇਹੋ ਮਾਰੇ ਤਾਂ ਮਰਵਾਉਣ ਕੌਣ ਰਹੇ, ਇਹੋ ਮਰਵਾਉਣ ਰਹੇਗੇ, ਜੇ ਇਹਨਾਂ ਦੇ ਕੋਈ ਮਰੇ ਤਾਂ ਦੱਸੋ, ਮਰੇ ਤਾਂ ਆਮ ਜਨਤਾ ਦੇ ਆ, ਨੁਕਸਾਨ ਤਾਂ ਜਨਤਾ ਦਾ ਆ। 5 ਦਿਨ ਦੇ ਇਜਲਾਸ ਦਾ ਐਲਾਨ ਕੀਤਾ, ਪਰ ਉਹਦੇ 5 ਦਿਨ ਦੇ ਵਿੱਚੋਂ ਵੀ ਮਹਿਜ਼ 1.5 ਦਿਨ ਜਿਹੜੀ ਹੈ ਉਹ ਸੁਣਵਾਈ ਹੋਈ ਹੈ, 1.5 ਦਿਨ ਕਾਰਵਾਈ ਹੋਈ ਹੈ, ਕੀ ਲੱਗਦਾ ਹੈ ਕਿ ਇਹ 1.5 ਦਿਨ ਬਹੁਤ ਹੈ ਪੰਜਾਬ ਦੇ ਮੁੱਦੇ ਡਿਸਕਸ ਕਰਨ ਲਈ? ਵੇਖੋ ਜੀ, ਇਹਨਾਂ ਵਾਸਤੇ ਤਾਂ ਬਹੁਤ ਹੋਣਗੇ, ਇਹਨਾਂ ਵਾਸਤੇ 1 ਘੰਟਾ ਵੀ ਬਹੁਤ ਆ, ਜਦੋਂ ਲੋਕਾਂ ਨੂੰ ਮੂਰਖ ਹੀ ਬਣਾਉਣਾ ਜੀ, ਹਾਂਜੀ ਆਹ 3 ਘੰਟੇ ਦੀ ਫਿਲਮ ਹੁੰਦੀ ਆ, ਕਿੰਨੇ ਕਿੰਨੇ ਚਿਰ 'ਚ ਕਰ ਦਿੰਦੇ ਆ, ਕਿੱਥੋਂ ਤੁਰਦੇ ਆ, ਬਚਪਨ ਤੋਂ ਤੁਰਦੇ ਆ, ਐਂਡ ਤੱਕ ਉੱਥੇ ਬਜ਼ੁਰਗਾਂ ਤੱਕ ਬੁੱਢੇ ਵੀ ਉੱਥੇ ਹੋ ਜਾਂਦੇ ਆ, ਅਤੇ ਇਹ ਤਾਂ ਕੋਈ ਗੱਲ ਨਹੀਂ, ਇਹਨਾਂ ਵਾਸਤੇ ਤਾਂ ਕੋਈ ਨਹੀਂ ਗੱਲ ਜੀ। ਚਾਹੇ ਇਜਲਾਸ ਕੋਈ ਵੀ ਹੋਵੇ, ਅੰਦਰੋਂ ਕਦੇ ਲੋਕਾਂ ਦੇ ਮੁੱਦਿਆਂ ਦੇ ਉੱਪਰ ਕੋਈ ਹੱਲ ਨਹੀਂ ਹੁੰਦਾ? ਬਿਲਕੁਲ ਜੀ, ਬਿਲਕੁਲ ਨਹੀਂ ਕੋਈ ਇਹਨਾਂ ਦੇ, ਇਹਨਾਂ ਤੋਂ ਆਸ ਹੀ ਕੋਈ ਨਹੀਂ ਜੀ। ਤੁਸੀਂ ਇਹ ਵੇਖੋ ਅੱਜ ਦੀ ਤਰੀਕ 'ਚ ਕੀ ਹੋ ਰਿਹਾ, ਜਿੰਨੇ ਬੱਚੇ ਨੇ ਪੜ੍ਹ ਪੜ੍ਹ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਇਹਨਾਂ ਨੂੰ ਨਹੀਂ ਕੋਈ ਪਤਾ, ਜਿੰਨੇ ਇੰਜੀਨੀਅਰ ਨੇ ਬਣਦੇ ਸਾਰੇ ਵਿਦੇਸ਼ਾਂ 'ਚ ਚਲ ਗਏ, ਇਹਨਾਂ ਕੋਲ ਕੀ ਰਹਿਣਗੇ, ਮਜ਼ਦੂਰ ਰਹਿਣਗੇ, ਕੀ ਕਰਨਗੇ, ਕੋਈ ਇਹਨਾਂ ਨੂੰ ਹੈ ਕੋਈ ਇਹਨਾਂ ਨੂੰ ਫਿਕਰ? ਕੋਈ ਬੱਚਾ ਪਲੱਸ ਟੂ ਕਰਦਾ ਕੋਈ ਕੈਨੇਡਾ ਚਲ ਗਿਆ, ਕੋਈ ਅਮੈਰੀਕਾ ਚਲ ਗਿਆ, ਕੋਈ ਆਸਟ੍ਰੇਲੀਆ ਚਲ ਗਿਆ, 20-20 ਲੱਖ 25-25 ਲੱਖ ਪੈਲੀਆਂ ਵੇਚ ਕੇ ਹਾਂਜੀ ਜਾ ਰਹੇ ਨੇ, ਅਤੇ ਠੀਕ ਆ ਆਪਣੀ ਰਾਜਨੀਤੀ ਚਲਾਈ ਜਾਣ ਜੋ ਚਲਾਉਣ ਡਿਆ ਹੈ। ਲਾਈਵ ਕਾਰਵਾਈ ਹੋਈ ਸੀ ਪਹਿਲੀ ਵਾਰ, ਉਮੀਦਾਂ ਬਹੁਤ ਸੀ ਲੋਕਾਂ ਨੂੰ ਕਿ ਇਸ ਵਾਰ ਟੀਵੀ 'ਤੇ ਕਾਰਵਾਈ ਲਾਈਵ ਦੇਖਾਂਗੇ ਕਿ ਸਾਡੇ ਭੇਜੇ ਹੋਏ ਨੁਮਾਇੰਦੇ ਕੀ ਚੰਦ ਚਾੜਦੇ ਨੇ ਅੰਦਰ, ਪਰ ਇਹ ਸਾਰੀ ਕਾਰਵਾਈ ਦੇਖਣ ਤੋਂ ਬਾਅਦ ਕੀ ਨਿਰਾਸ਼ ਹੋਏ ਨੇ ਲੋਕ, ਕਿਸ ਤਰੀਕੇ ਨਾਲ ਤੁਸੀਂ ਦੇਖ ਲਿਆ? ਨੌਜਵਾਨਾਂ ਦੇ ਕੋਲੋਂ ਹੁਣ ਜਾਣਾ, ਕਿਉਂਕਿ ਨੌਜਵਾਨਾਂ ਦਾ ਜਿਹੜਾ ਪੱਖ ਲੈਣਾ ਹੈ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਜਦ ਮੈਂ ਜਸਕਰਨਜੀਤ ਸਿੰਘ। ਜਸਕਰਨ, ਇਸ ਵਾਰ ਕਾਰਵਾਈ ਵਿਧਾਨ ਸਭਾ ਦੀ ਲਾਈਵ ਹੋਈ ਸੀ, ਟੀਵੀ 'ਤੇ ਦੇਖੀ? ਦੇਖੀ ਸੀ। ਕਿੰਨੇ ਘੰਟੇ ਦੇਖੀ? ਅਤੇ ਮੈਂ ਸਾਰੇ ਵਿਧਾਇਕਾਂ ਦਾ ਇੰਟਰਵਿਊ ਸੁਣਿਆ ਸੀ, ਅਤੇ ਜਿਵੇਂ ਕਿ ਦੇਖਿਆ ਗਿਆ ਕਿ ਬਰਗਾੜੀ ਦੇ ਮੁੱਦੇ ਉੱਤੇ ਬਹੁਤ ਟਾਈਮ ਬਹਿਸ ਚੱਲੀ 8 ਘੰਟੇ, ਅਤੇ ਐਂਡ ਦੇ ਵਿੱਚ ਸਿੱਟਾ ਕੁਝ ਨਹੀਂ ਨਿਕਲਿਆ, ਅਤੇ ਕੈਪਟਨ ਸਾਹਿਬ ਕਹਿੰਦੇ ਅਸੀਂ SIT ਬਣਾਵਾਂਗੇ, ਪਤਾ ਨਹੀਂ ਕਦੋਂ ਬਣੂ ਕਦੋਂ ਨਹੀਂ ਬਣੂਗੀ ਉਹ SIT। ਅਤੇ ਉਹਨਾਂ ਨੇ ਕਿਹਾ ਜਦੋਂ ਕਿ ਕਾਂਗਰਸ ਦੇ ਵਿਧਾਇਕਾਂ ਨੇ ਝੋਲੀਆਂ ਅੱਡ ਅੱਡ ਕੇ ਉਹਨਾਂ ਤੋਂ ਭੀਖ ਮੰਗੀ ਕਿ ਜੋ ਕਿ ਜਿਨ੍ਹਾਂ ਦਾ ਵੀ ਨਾਮ ਆਇਆ ਕੁਛ ਕੁ ਬਾਦਲ ਪਰਿਵਾਰ ਦੇ ਮੈਂਬਰ ਨੇ ਅਤੇ ਸੁਮੇਧ ਸੈਣੀ ਜੀ, ਵੀ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਪਰ ਮੈਨੂੰ ਉਮੀਦ ਤਾਂ ਹੈ ਵੀ ਸ਼ਾਇਦ ਥੋੜ੍ਹੀ ਕਾਰਵਾਈ ਹੋਵੇ, ਪਰ ਜੇ ਉਹ ਨਹੀਂ ਕਾਰਵਾਈ ਕਰਦੇ ਤਾਂ ਪੰਜਾਬ ਦੇ ਲੋਕ ਉਹਨਾਂ ਦਾ ਬਹੁਤ ਵੱਡੇ ਪੱਧਰ 'ਤੇ ਵਿਰੋਧ ਕਰਨਗੇ। ਕੈਪਟਨ ਅਮਰਿੰਦਰ ਸਾਹਿਬ ਨੇ ਐਂਡ 'ਤੇ ਆਣ ਕੇ ਜਿਹੜਾ ਬਾਦਲਾਂ ਦੇ ਉੱਪਰ ਕਹਿ ਕੇ ਵਾਰ ਕਰਕੇ ਅਤੇ CBI ਦੀ ਜਾਂਚ ਵਾਪਸ ਲੈਣ ਦੇ, ਇਹ ਦੋ ਗੱਲਾਂ ਕਰਕੇ ਸਮਾਪਤੀ ਕਰ ਦਿੱਤੀ ਉਹਨਾਂ ਨੇ। ਅਤੇ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਅਕਾਲੀ ਦਲ ਨੇ ਵਾਕਆਊਟ ਕਰ ਦਿੱਤਾ, ਬਹਿਸ ਦੇ ਵਿੱਚ ਹਿੱਸਾ ਨਹੀਂ ਲਿਆ, ਇੱਕ ਦੂਜੇ ਦੇ ਉੱਪਰ ਇਲਜ਼ਾਮ ਕਰਦੇ ਨਜ਼ਰ ਆਏ, ਕੀ ਲੱਗਦਾ ਹੈ ਕਿ ਇੱਕ ਤਾਂ ਸੈਸ਼ਨ ਇੰਨੇ ਘੱਟ ਸਮੇਂ ਦਾ ਹੁੰਦਾ 1.5 ਦਿਨ ਦਾ, ਉਹਦੇ ਵਿੱਚ ਵੀ ਕੀ ਲੱਗਦਾ ਕਿ ਲੋਕਾਂ ਦੇ ਮੁੱਦਿਆਂ ਦੇ ਉੱਪਰ ਚਰਚਾ ਹੁੰਦੀ ਹੈ? ਲੋਕਾਂ ਦੇ ਮੁੱਦਿਆਂ ਦੇ ਉੱਪਰ ਕੋਈ ਚਰਚਾ ਨਹੀਂ ਹੋਈ, ਜਿਵੇਂ ਕਿ ਬਹੁਤ ਸਾਰੇ ਮੁੱਦੇ ਸੀ ਜਿਹੜੇ ਜਿਨ੍ਹਾਂ ਦੇ ਬਾਰੇ ਗੱਲ ਕਰਨੀ ਸੀ, ਅਤੇ ਇਹਨਾਂ ਨੇ ਪਹਿਲਾਂ ਤਾਂ ਸੈਸ਼ਨ ਹੀ 3-4 ਦਿਨਾਂ ਦਾ ਰੱਖਿਆ, ਜਿਹਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਕੱਟੇ ਗਏ, 1.5 ਦਿਨ ਕਾਰਵਾਈ ਹੋਈ, ਅਤੇ ਉਹਦੇ ਵਿੱਚੋਂ ਵੀ 8 ਘੰਟੇ ਉੱਧਰ ਬਰਗਾੜੀ ਵਾਲੇ ਮੁੱਦੇ 'ਤੇ ਨਿਕਲ ਗਏ, ਅਤੇ ਹੋਰ ਕਿਸੇ ਮੁੱਦੇ ਬਾਰੇ ਕੋਈ ਇਹਨਾਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ।
ਅਤੇ ਮੈਨੂੰ ਇਹ ਜ਼ਿਆਦਾਤਰ ਹਮੇਸ਼ਾ ਜਿਵੇਂ ਕਿ ਪਹਿਲਾਂ ਬਾਦਲ ਵੀ ਭੱਜਦੇ ਰਹੇ ਨੇ ਵੀ ਤਾਂ ਕਿ ਨਾ ਹੋਵੇ ਅਤੇ ਹੋਰ ਵਿਧਾਇਕ ਆਪਣੇ ਪੁਆਇੰਟ ਰੱਖਣਗੇ ਅਤੇ ਇਹ ਵੀ ਜ਼ਿਆਦਾਤਰ ਭੱਜਦੇ ਹੀ ਨਜ਼ਰ ਆਏ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਪੰਜਾਬ ਦਾ ਨੌਜਵਾਨ ਹੈ ਜਿਹਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਹੋਵੇ ਹਮੇਸ਼ਾ ਲੋਕਾਂ ਦੇ ਮੁੱਦਿਆਂ ਤੋਂ ਜਿਹੜਾ ਉਹ ਭੱਜਦੀ ਨਜ਼ਰ ਆਉਂਦੀ। ਕੀ ਨਾਮ ਹੈ? ਨਵਜੋਤ ਸਿੰਘ ਮੈਮ। ਨਵਜੋਤ, ਕਾਰਵਾਈ ਹੋਈ ਵਿਧਾਨ ਸਭਾ ਦੀ ਲਾਈਵ, ਉਮੀਦ ਸੀਗੀ ਕਿ ਕੁਝ ਮੁੱਦਿਆਂ ਦੇ ਉੱਪਰ ਚਰਚਾ ਹੋਵੇਗੀ ਅਤੇ ਹੱਲ ਹੋਵੇਗਾ, ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ। ਮੈਮ ਦੇਖੋ, ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਲੱਖਾਂ ਕਿਸਾਨ ਮਰਦੇ ਆ ਪਰ ਕੋਈ ਗਵਰਨਮੈਂਟ ਆਪਣੀ ਕੋਈ ਹੱਲ ਨਹੀਂ ਕਰਦੀ। ਮੈਂ ਬੇਸਿਕਲੀ ਮੈਂ ਸਟੂਡੈਂਟ ਹਾਂ, ਹੁਣੀ ਗ੍ਰੈਜੂਏਸ਼ਨ ਕੀਤੀ ਹੈ, ਈਵਨ ਕਿ ਮੈਨੂੰ ਵੀ ਨਹੀਂ ਲੱਗਦਾ ਕੁਛ ਬਣੂਗਾ ਇੱਥੇ ਇੰਡੀਆ 'ਚ। ਇਹ ਗੱਲ ਨਹੀਂ, ਆਪਣੇ ਲੋਕ ਮਿਹਨਤੀ ਨਹੀਂ, ਆਪਣੇ ਲੋਕ ਬਹੁਤ ਮਿਹਨਤੀ ਹੈ, ਪਰ ਜੇ ਕੁਛ ਬਣਦਾ ਹੋਵੇ ਕਿਉਂ ਮਾਈਗ੍ਰੇਟ ਕਰਨ ਆਪਦਾ ਘਰ ਛੱਡਣ ਦਾ? ਮੈਮ ਕਿਸ ਦਾ ਦਿਲ ਕਰਦਾ? ਹਰ ਕੋਈ ਚਾਹੁੰਦਾ ਮੈਂ ਇੱਥੇ ਰਹਾਂ, ਚੰਗਾ ਫਿਊਚਰ ਰਹਾਂ, ਆਪਣੀ ਮਾਂ ਪਿਓ ਦੀ ਸੇਵਾ ਕਰਾਂ। ਕਿਉਂ ਜਾਂਦੇ ਆ ਸਟੂਡੈਂਟ? ਮੈਮ ਰੋਜ਼ ਇਹ ਸਰਕਾਰ ਤੋਂ ਸਵਾਲ ਪੁੱਛੋ ਪਰ ਸਰਕਾਰ ਕੁਛ ਨਹੀਂ ਕਰਦੀ, ਬਸ ਸੋਚਣ ਤੋਂ ਬਿਨਾਂ ਕੁਛ ਨਹੀਂ। ਉਹਨਾਂ ਤੱਕ ਵੋਟਾਂ ਤੱਕ ਮਤਲਬ, ਈਵਨ ਕਿ ਬਾਦਲ ਹੋ ਗਏ, ਕੈਪਟਨ ਹੋ ਗਏ, ਜਿਹੜਾ ਚੰਗਾ ਕੇਜਰੀਵਾਲ ਚੰਗਾ ਸੀ ਉਹਨੂੰ ਐਕਸੈਪਟ ਨਹੀਂ ਕਰਨ ਦਿੱਤਾ ਲੋਕਾਂ ਨੇ ਬਹੁਤ ਜ਼ੋਰ ਲਾਇਆ, ਪਰ ਲੋਕਾਂ ਦੀ ਕਿਹੜੀ ਸੋਚ ਆ ਉਹ ਇੰਨੀ ਵੇਰੀ ਕਰਦੀ ਰਹਿੰਦੀ ਹੈ। ਮੈਮ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ ਜੇ ਕੋਈ ਚੰਗਾ ਬੰਦਾ, ਈਵਨ ਕਿ ਉਹ 'ਚ ਵੀ ਆਪਣਾ ਕੀ ਬੋਲਦੇ ਆ ਗਵਰਨਮੈਂਟ ਸੈਕਸ਼ਨ 'ਚ ਵੀ ਕੇਜਰੀਵਾਲ ਇਨਕਮ ਟੈਕਸ ਡਿਪਾਰਟਮੈਂਟ ਲੀਵ ਕਰਕੇ ਆ, ਉਹਨੂੰ ਕੰਮ ਨਹੀਂ ਕਰਨ ਦਿੱਤਾ। ਮੈਮ ਉਹਨੂੰ ਐਂ ਕਹਿਤਾ, ਇਹ ਤਾਂ ਇਹਨੂੰ ਕੁਛ ਪਤਾ ਨਹੀਂ, ਇਹ ਤਾਂ ਨਹੀਂ। ਤੁਸੀਂ ਮੰਨਦੇ ਹੋ ਕਿ ਸਰਕਾਰ ਬੇਸ਼ੱਕ ਕੋਈ ਵੀ ਹੋਵੇ, ਪੰਜਾਬ ਦੇ ਵਿੱਚ ਅੱਜ ਤੱਕ ਸਿਰਫ ਸਿਆਸਤ ਹੁੰਦੀ ਆਈ ਹੈ? ਹਾਂਜੀ ਮੈਮ, ਡੈਫੀਨੇਟਲੀ ਸਿਆਸਤ ਹੀ ਹੁੰਦੀ ਆਈ, ਆਪਣੇ ਹੋਰ ਕੁਛ ਨਹੀਂ ਕੀਤਾ। ਇਹਨਾਂ ਨੇ ਲੋਕ ਪਾੜ ਕੇ ਰਾਜ ਕਰਦੇ ਆ, ਕਹਿੰਦੇ ਆ ਹੋਰ ਕੁਛ ਨਹੀਂ ਕੀਤਾ, ਇੱਦਾਂ ਹੀ ਕਰਦਾ ਰਹਿਣਾ। ਜੇ ਇਹ ਲੋਕਾਂ ਨੂੰ ਇੱਕ ਯੂਨਿਟੀ ਦੀ ਆ, ਪਿੱਛੇ ਨਵਜੋਤ ਸਿੰਘ ਸਿੱਧੂ ਜੀ ਜਾ ਕੇ ਉੱਥੇ ਡਿਫੈਂਸ ਮਿਨਿਸਟਰ ਨੂੰ ਉਹਨਾਂ ਨੇ ਜਾ ਕੇ ਗਲੇ ਮਿਲ ਕੇ ਆਏ, ਉਹਦਾ ਵੀ ਇਹਨਾਂ ਨੇ ਸਿਆਸਤ ਚੱਕ ਲਈ, ਉਹ ਦੇਸ਼ ਧਰੋਹੀ ਦਾ ਨਾਮ ਦਿੱਤਾ। ਈਵਨ ਕੀ ਹੋਇਆ ਤਾਂ ਆਪਣਾ ਪੰਜਾਬ ਤਾਂ 21 ਦੀ, ਪਾਕਿਸਤਾਨ ਤਾਂ 21 ਦੀ, ਹਾਲੇ ਵੀ ਲੋਕ ਆਉਂਦੇ ਆ ਉੱਥੋਂ, ਇਹ ਚੀਜ਼ ਨੂੰ ਵੀ ਸਿਆਸਤ ਪੜ ਕੇ ਰਾਜ ਕਰਦੀ ਆ। ਬਿਲਕੁਲ, ਬਹੁਤ ਸਹੀ ਗੱਲਾਂ ਇਹਨਾਂ ਨੇ ਕਹੀਆਂ ਕਿ ਮੁੱਦਾ ਕੋਈ ਵੀ ਹੋਵੇ, ਚਾਹੇ ਕੋਈ ਨਿੱਜੀ ਦੌਰੇ 'ਤੇ ਵੀ ਜਾਂਦਾ ਹੈ, ਤਾਂ ਸਿੱਧੂ ਦੇ ਦੌਰੇ ਦੇ ਉੱਪਰ ਸਿਆਸਤ ਹੋਣੀ ਸ਼ੁਰੂ ਹੋ ਗਈ ਸੀ। ਹੋਰ ਵੀ ਜਿਹੜਾ ਕੋਈ ਵੀ ਮੁੱਦਾ ਹੋਵੇ, ਇਹ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਦੀ ਨਿਰਾਸ਼ਾ ਸਰਕਾਰ ਦੇ ਪ੍ਰਤੀ ਕਿਸ ਕਦਰ ਹੈ ਤੁਸੀਂ ਦੇਖ ਲਈ ਹੈ। ਕੀ ਨਾਮ ਹੈ ਜੀ? ਜਸਪਿੰਦਰ ਸਿੰਘ। ਜਸਪਿੰਦਰ ਕੀ ਕਰਦੇ ਹੋ? ਮੈਂ ਆਈਲੈਟਸ ਕਰਦਾ ਹਾਂ। ਆਈਲੈਟਸ ਕਰ ਰਹੇ ਹੋ, ਆਈਲੈਟਸ ਕਿਉਂ ਕਰ ਰਹੇ ਹੋ ਤੁਸੀਂ? ਕਿਉਂਕਿ ਇੱਥੇ ਹੀ ਜੋਬ ਦੇ ਕੋਈ ਓਪਰਚੁਨਿਟੀਜ਼ ਨਹੀਂ ਹੈਗੀਆਂ, ਸਰਕਾਰ ਕੋਈ ਦਿਖਾ ਨਹੀਂ ਰਹੀ ਆਪਦੇ। ਕੀ ਉਮਰ ਹੈ ਤੁਹਾਡੀ? ਮੇਰੀ 21 ਸਾਲ ਹੈ। 21 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਗਿਆ ਹੈ ਕਿ ਇੱਥੇ ਜੋਬ ਦੇ ਜਿਹੜੇ ਆਸਾਰ ਨਹੀਂ ਹੈਗੇ? ਹਾਂਜੀ, ਕਿਉਂਕਿ ਸਰਕਾਰ ਆਪਦਾ ਫਾਇਦਾ ਹੀ ਦੇਖਦੀ ਹੈ, ਉਹ ਲੋਕਾਂ ਬਾਰੇ ਕੁਛ ਨਹੀਂ ਕਰ ਰਹੀ। ਇਸੇ ਕਰਕੇ ਤੁਸੀਂ ਜਿਹੜਾ ਵਿਦੇਸ਼ ਜਾਣ ਦਾ ਮਨ ਬਣਾਇਆ? ਹਾਂਜੀ ਹਾਂਜੀ। ਦਿਲ ਕਰਦਾ ਜਾਣ ਨੂੰ? ਦਿਲ ਤਾਂ ਕਿੱਥੇ ਕਰਦਾ ਜੀ, ਆਪਦਾ ਦੇਸ਼ ਛੱਡਣ ਨੂੰ ਕਿਤੇ ਦਿਲ ਕਰਦਾ ਜੀ, ਮਜਬੂਰੀਆਂ ਨੇ ਬਸ। ਸੋ ਇੱਕ ਬਹੁਤ ਗੰਭੀਰ ਮੁੱਦਾ ਹੈ, ਇਹ ਵੀ ਗੱਲ ਅਸੀਂ ਇਜਲਾਸ ਦੀ ਕਰ ਰਹੇ ਹਾਂ, ਪਰ ਉਸ ਤੋਂ ਵੀ ਵੱਧ ਜਿਹੜਾ ਇੱਕ ਗੰਭੀਰ ਮੁੱਦਾ ਹੈ ਪੰਜਾਬ ਦੇ ਨੌਜਵਾਨਾਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਜਿਹੜਾ ਇਸ ਕਦਰ ਹਾਵੀ ਹੋ ਗਿਆ ਕਿ ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਆਪਣਾ ਮਨ ਮਾਰ ਕੇ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਾਣ ਨੂੰ ਮਜਬੂਰ ਹੋ ਰਿਹਾ। ਕਿਹਾ ਬਹੁਤ ਚਾਹੁੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਾ ਕੇ ਜਿਹੜੇ ਐਸ਼ ਕਰਦੇ ਨੇ, ਪਰ ਉਹ ਕੀ ਐਸ਼ ਹੈ ਇਹ ਤੁਸੀਂ ਇਹਨਾਂ ਨੌਜਵਾਨਾਂ ਦੇ ਚਿਹਰੇ 'ਤੇ ਮਾਯੂਸੀ ਜਿਹੜੀ ਛਾਈ ਹੋਈ ਹੈ ਬੇਰੁਜ਼ਗਾਰੀ ਨੂੰ ਲੈ ਕੇ ਉਹ ਸਾਫ ਸਾਫ ਬਿਆਨ ਕਰ ਰਹੀ ਹੈ, ਜਿਹੜੀ ਇਹਨਾਂ ਨੂੰ ਮਜਬੂਰ ਕਰ ਰਹੀ ਹੈ ਆਪਣਾ ਘਰ ਛੱਡਣ ਨੂੰ, ਆਪਣਾ ਦੇਸ਼ ਛੱਡਣ ਨੂੰ। ਕੀ ਨਾਮ ਹੈ? ਰਵਨੀਤ ਸਿੰਘ ਜੀ। ਰਵਨੀਤ, ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇ ਜਾਂ ਪਾਰਲੀਮੈਂਟ ਦਾ ਇਜਲਾਸ ਹੋਵੇ, ਕੋਈ ਵੀ ਸੈਸ਼ਨ ਹੋਵੇ, ਕੀ ਲੱਗਦਾ ਹੈ ਲੋਕਾਂ ਦੇ ਮੁੱਦਿਆਂ ਤੋਂ ਕਦੀ ਕੋਈ ਚਰਚਾ ਹੋਈ ਹੈ? ਨਹੀਂ ਜੀ, ਮੇਰਾ ਆਪਣਾ ਵੋਟਾਂ ਦਾ ਹੋਇਆ ਮੰਦਾ ਜੀ, ਲੋਕ ਜਿਹੜੇ ਪ੍ਰੋਬਲਮਸ ਆ ਡਿਸਕਸ ਨਹੀਂ ਹੁੰਦੀਆਂ ਮੇਨ, ਲੋਕ ਅਜੀਬਾ ਭਰਦੇ ਆ, ਮੁੱਦਾ ਹੁੰਦਾ ਕਿਸਾਨ ਮਰ ਗਏ, ਇਹ ਹੋ ਗਿਆ ਵੋ ਹੋ ਗਿਆ, ਫੰਡ ਦੇਣਗੇ ਮਾਫ਼ ਕਰਾਂਗੇ, ਪਰ ਸਾਰੇ ਯੂਨੀਅਨ ਹੀ ਖਾ ਜਾਂਦੇ ਜੀ, ਮਨੇਤਾ ਖਾ ਜਾਂਦੇ, ਆਖਣ ਤਾਂ ਪਹੁੰਚਦੇ ਨਹੀਂ ਉਹ। ਅੱਜ ਤੱਕ ਅੱਜ ਦੀ ਘੜੀ ਮੈਂ ਮਤਲਬ ਮੇਰੇ ਫਾਦਰ ਸਾਹਿਬ ਕਿਸਾਨ ਹੈ ਖੁਦ, ਤੁਹਾਨੂੰ ਪਤਾ ਤੁਹਾਨੂੰ ਮਾਫ਼ੀ ਨਹੀਂ ਮਿਲੀ ਹੈਗੀ, ਕਿਸੇ ਚੀਜ਼ 'ਤੇ ਮਾਫ਼ੀ ਨਹੀਂ ਮਿਲਦੀ, ਸਾਡੇ ਮਤਲਬ ਇੰਨਾ ਕਰਜ਼ਾ ਹੁੰਦਾ ਪਰ ਮਾਫ਼ੀ ਨਹੀਂ ਮਿਲਦੀ, ਪਤਾ ਨਹੀਂ ਬੈਂਕ ਵਾਲੇ ਖਾ ਜਾਂਦੇ ਆ, ਸਰਕਾਰਾਂ ਖਾ ਜਾਂਦੀਆਂ, ਸਾਡੇ ਤਾਂ ਪਹੁੰਚਦੇ ਨਹੀਂ ਜੀ। ਹਾਂਜੀ, ਨੌਜਵਾਨੀ ਦੀ ਗੱਲ ਆਉਂਦੀ ਹੈ ਅਤੇ ਅੱਜ ਨੌਜਵਾਨਾਂ ਦਾ ਵਿਦੇਸ਼ਾਂ ਜਾਣ ਨੂੰ ਰੁੱਖ ਕਿਉਂ ਹੋ ਰਿਹਾ? ਇੱਥੇ ਮੈਂ ਜੋਬ ਹੀ ਹੈ ਨਹੀਂ, ਜੇ ਮੰਨ ਲਓ ਸਾਡੇ ਮਤਲਬ ਬਜ਼ੁਰਗ ਖੇਤੀ ਕਰਦੇ ਸੀ, ਅਸੀਂ ਖੇਤੀ ਕਿਹੜੇ ਮੂੰਹ ਨੂੰ ਕਰੀਏ, ਤੁਹਾਨੂੰ ਦਾਵ ਨਹੀਂ ਮਿਲਦਾ ਨਾ, ਪਹਿਲਾਂ ਸਾਨੂੰ ਸਰੀਆਂ ਸਪਰੇਆਂ ਬਹੁਤ ਮਹਿੰਗੀਆਂ ਪੈਂਦੀਆਂ ਨੇ, ਇੱਕ ਵਾਰ ਦਾਵ ਨਹੀਂ ਮਿਲਦਾ, ਕਰਜ਼ਾ ਵਧੀ ਜਾਂਦਾ, ਮੈਂ ਲੈਣਾ ਤਾਂ ਹੈ ਨਹੀਂ ਗਾ, ਫਿਰ ਇੱਦਾਂ ਜਾਣਾ ਪੈਂਦਾ ਕਮਾਉਣ ਵਾਸਤੇ।
ਸੋ ਬਿਲਕੁਲ ਪੰਜਾਬ ਦਾ ਨੌਜਵਾਨ ਜਿਹੜਾ ਹੈ ਤੁਸੀਂ ਦੇਖ ਲਿੱਤਾ ਸਰਕਾਰਾਂ ਦੇ ਪ੍ਰਤੀ ਕਿਸ ਤਰ੍ਹਾਂ ਦੀਆਂ ਉਮੀਦਾਂ ਜਿਹੜੀਆਂ ਨਾ ਉਮੀਦਾਂ ਬਣ ਚੁੱਕੀਆਂ ਨੇ, ਕਿਸ ਤਰ੍ਹਾਂ ਦਾ ਜਿਹੜਾ ਸਰਕਾਰਾਂ ਦੇ ਪ੍ਰਤੀ ਰੋਸ ਜਿਹੜਾ ਇਹਨਾਂ ਦੇ ਵਿੱਚ ਆ ਗਿਆ। ਸਿਆਸਤ ਦੀ ਜਦੋਂ ਗੱਲ ਹੁੰਦੀ ਹੈ, ਸਿਆਸਤ ਤਾਂ ਇੱਕ ਪਾਸੇ ਦੀ ਗੱਲ ਰਹਿ ਗਈ ਕਿ ਕਿਸੇ ਵੀ ਮੁੱਦੇ ਦੇ ਉੱਪਰ ਜਿਹੜਾ ਹੈ ਉਹ ਸਰਕਾਰ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੀ, ਚਾਹੇ ਵਿਰੋਧੀ ਧਿਰ ਹੋਵੇ, ਹਾਕਮ ਧਿਰ ਹੋਵੇ, ਹਰ ਕੋਈ ਜਿਹੜਾ ਹੈ ਉਹ ਸਿਆਸੀ ਰੋਟੀਆਂ ਸੇਕਦਾ, ਚਾਹੇ ਉਹ ਧਰਮ ਦਾ ਮੁੱਦਾ ਹੋਵੇ ਜਾਂ ਕਿਸਾਨਾਂ ਦਾ ਮੁੱਦਾ ਹੋਵੇ, ਨੌਜਵਾਨਾਂ ਦਾ ਮੁੱਦਾ ਹੋਵੇ। ਪਰ ਜਦੋਂ ਇੱਕ ਵਾਰ ਸੱਤਾ ਹਾਸਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹ ਸਾਰੇ ਜਿਹੜੇ ਮਾਮਲੇ ਆ ਉਹ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਜਾਂਦੇ ਨੇ। ਇਹ ਨੌਜਵਾਨ ਜਿਹੜੇ ਨੇ ਉਹ ਬੇਰੁਜ਼ਗਾਰ ਨੇ, ਇਸੇ ਬੇਰੁਜ਼ਗਾਰੀ ਦੇ ਕਰਕੇ ਜਿਹੜਾ ਆਪਣੇ ਵਿਦੇਸ਼ ਤੋਂ ਦੂਰ ਜਾਣ ਦੇ ਲਈ, ਜਿਹੜਾ ਆਪਣੇ ਦੇਸ਼ਾਂ ਤੋਂ ਵਿਦੇਸ਼ਾਂ ਵੱਲ ਜਾਣ ਦੇ ਜਿਹੜੇ ਮਜਬੂਰ ਹੋ ਗਏ ਨੇ। ਗੱਲ ਵਿਧਾਨ ਸਭਾ ਦੇ ਇਜਲਾਸ ਦੀ ਕੀਤੀ ਹੈ, ਕੁੱਲ ਮਿਲਾ ਕੇ ਸਿੱਟਾ ਜਿਹੜਾ ਨਿਕਲਿਆ ਕਿ ਇਸ ਵਿਧਾਨ ਸਭਾ ਦੇ ਇਜਲਾਸ ਦੇ ਵਿੱਚੋਂ ਕੁਝ ਵੀ ਜਿਹੜਾ ਉਹ ਨਹੀਂ ਨਿਕਲਿਆ। ਲੋਕਾਂ ਨੂੰ ਉਮੀਦ ਸੀਗੀ ਕਾਰਵਾਈ ਹੋਵੇਗੀ ਕੋਈ ਦੋਸ਼ੀਆਂ ਦੇ ਉੱਪਰ ਜਾਂ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ, ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਜਲਾਸ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ ਲੋਕਾਂ ਦੇ ਨਜ਼ਰ ਦੇ ਵਿੱਚ। ਲਾਈਵ ਕਾਰਵਾਈ ਵੀ ਕਰਵਾ ਦਿੱਤੀ ਪਰ ਉਹ ਇਹਨਾਂ ਦੀਆਂ ਉਮੀਦਾਂ ਦੇ ਉੱਪਰ ਖਰਾ ਨਹੀਂ ਉਤਰ ਸਕੀ ਸਰਕਾਰ। ਅੱਜ ਤੋਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਲਵਾਂਗੇ ਇੱਕ ਨਵਾਂ ਵਿਸ਼ਾ, ਕਰਾਂਗੇ ਉਹਦੇ ਉੱਪਰ ਚਰਚਾ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।